ਮੈਂ ਕਿਹਾ ਫਿਕਰ ਨਾ ਕਰ, ਜਿੱਦਣ ਮੈਂ ਜਿੱਤ ਗਿਆ ਨਾ ਇਲੈਕਸ਼ਨ, ਮੈਂ ਤੈਨੂੰ ਉੱਲੂਆਂ ਦਾ ਜੋੜਾ ਗਿਫਟ ਕਰਨਾ। ਉੱਲੂਆਂ ਦਾ ਜੋੜਾ? ਪੁੱਤ ਉੱਲੂ ਬੜਾ ਮਹਿੰਗਾ ਵਿਕਦਾ, ਉੱਲੂ ਦੇ ਖੂਨ ਦੇ ਨਾਲ ਜਾਦੂ ਟੂਣਾ ਹੁੰਦਾ। ਦੇਖਾ ਮੈਨੇ ਕਹਾ ਤਾ ਨਾ, ਯੇ ਜਾਦੂ ਟੂਣਾ ਕਰਤਾ ਹੈ, ਯੇ ਦੋ ਨੰਬਰੀ ਕੇ ਬਗੈਰ ਇਲੈਕਸ਼ਨ ਜਿੱਤ ਨਹੀਂ ਸਕਦਾ। ਸਦਕੇ ਜਾਵਾਂ, ਜਾਦੂ ਟੂਣਾ ਮੈਂ ਕਰਾਉਣਾ, ਤੇ ਸ਼ਕਲ ਤੇਰੀ ਤੋਂ ਲੱਗਦਾ ਟੂਣੇ ਵਾਲੀ ਹਾਂਡੀ ਚ ਸਾਲਣ ਖਾਂਦਾ ਰਿਹਾ। ਟੂਣੇ ਵਾਲੀ ਹਾਂਡੀ, ਵੱਡੀ ਜੁਗਤ ਕੀਤੀ ਤੁਹਾਨੂੰ, ਕਿਆ ਪਤਾ ਹਾਂਡੀ ਕਾ, ਕਭੀ ਹਾਂਡੀ ਗੋਸ਼ਤ ਖਾਇਆ ਤੁਮਨੇ, ਕਭੀ ਫਲੀਆਂ ਗੋਸ਼ਤ ਖਾਇਆ ਤੁਮੇ, ਕਿਆ ਪਤਾ ਕਿ ਚੂੰਗੋ ਮੇ ਕਿਆ ਡਾਲਤੇ, ਚੂੰਗੋ ਮੇ ਕੀਮਾ ਡਾਲਤੇ ਹੈ। ਖਾਲਦ ਬਾਸ ਡਾਰ ਸਾਹਿਬ ਕਹਤੇ ਹੈ, ਜੁਗਤ ਵੋ ਜੋ ਸੱਚ ਲਗੇ, ਤੁਹਾਡੀ ਤਾਂ ਜੁਗਤ ਹੀ ਝੂਠੀ ਹੈ, ਟੂਣੇ ਵਾਲੀ ਹਾਂਡੀ ਮੈਂ ਸਾਲਣ ਹੋਤਾ ਹੀ ਨਹੀਂ। ਉਹ ਬਹਿ ਜਾ ਆਰਾਮ ਨਾਲ, ਜੁਗਤ ਫਿੱਕੀ ਸੀ ਤੇ ਜਾਣਦੀ ਹੈਗਾ, ਐਵੇਂ ਕੱਲ ਲਈ ਉਹਦੀ ਤਸ਼ਰੀਹ ਸ਼ੁਰੂ ਕਰ ਦਿੱਤੀ ਹੈ। ਇਹ ਪੋਤੇ ਬੜਾ ਵੱਡਾ ਡਰਾਮੇਬਾਜ਼ ਇਹ ਮੁੰਡਾ। ਆਪ ਉਨਕੀ ਡਰਾਮੇਬਾਜ਼ੀ ਕੋ ਛੋੜੇ, ਆਪਣੀ ਡਰਾਮੇਬਾਜ਼ੀ ਕੀ ਬਾਤ ਕਰੇ। ਅਦਾਲਤ ਕੇ ਬਾਹਰ ਮੀਡੀਆ ਸੇ ਪ੍ਰੈਸ ਟਾਕ ਕੇ ਬਜਾਏ, ਯਾਨੀ ਅਦਾਲਤੀ ਕਾਰਵਾਈ ਬਤਾਨੇ ਕੇ ਬਜਾਏ, ਆਪਨੇ ਆਪਣੀ ਮਿਸਿਸ ਕੋ ਬਰਥਡੇ ਵਿੱਚ ਸ਼ੁਰੂ ਕਰ ਦੀ, ਇਸੇ ਬੜੀ ਡਰਾਮੇਬਾਜ਼ੀ ਹੋਰ ਕੀ ਹੋਊਗੀ। ਪੁੱਤ ਗੱਲ ਇਹ ਆ ਕਿ ਮੈਂ ਬੇਗਮ ਨਾਲ ਕਰਨਾ ਬੜਾ ਟੁੱਟ ਕੇ ਪਿਆਰ, ਹੁਣ ਵੇਖਣਾ ਕਿੱਡਾ ਵੱਡਾ ਜ਼ੁਲਮ ਆ, ਉਹਦੀ ਸਾਲਗਿਰਾਹੀ ਉਹ ਬੈਠੀ ਆ ਵਿਚਾਰੀ ਫਲੋਰੀਡਾ, ਤੇ ਮੈਂ ਮੈਨਹਟਨ ਕੇਸ ਲੜਦਾ ਫਿਰਨਾ, ਮੈਂ ਤੇ ਰੱਬ ਜਾਣਦਾ ਅਦਾਲਤ ਦੇ ਕਟਹਿਰੇ ਚ ਖਲੋਤਾ ਵੀ ਦਿਲ ਚ ਗਾਉਣ ਡਿਆ, ਮੈਂ ਇੱਥੇ ਤੇ ਡੋਲ ਮੁਲ ਤਾਣੇ, ਉਹਦੇ ਬੁੱਤ ਵਿੱਚ ਸਾਡੀ ਜਾਣੇ, ਮੇਰੇ ਆਵੇ ਜੱਜਾ ਕੀ ਕਰਨਾ ਈ ਕੇਸਾਂ ਦਾ, ਪਿੰਡ ਪੜ ਕੇ ਮੈਨੂੰ ਸਵਾਦ ਲੈਣ ਦੇ ਲਸੂੜੇ ਦੀਆਂ ਲੇਸਾਂ ਦਾ। ਦੇਖੇ ਤਰਾ ਮਾਇਆ ਵੀ ਖਰਾਬ ਕਰ ਰਿਹਾ ਹੈ, ਸ਼ੁਕਰ ਕਰ ਮੈਂ ਪ੍ਰੋਗਰਾਮ ਚ ਬੈਠਾ, ਵਰਨਾ ਤੈਨੂੰ ਮੈਂ ਹਾਰਮੋਨੀਅਮ ਦੀ ਫੱਟੀ ਨਾ ਮਾਰਨਾ ਸੀ। ਓਬਾਮਾ, ਯੇ ਹਾਰਮੋਨੀਅਮ ਕਾ ਫੱਟੀ ਕਿਆ ਹੋਤਾ ਹੈ? ਮੈਡਮ ਮੇਰੇ ਜੈਸੀ ਹੋਤੀ ਹੈ। ਉਹ ਛੱਡੋ ਹਾਰਮੋਨੀਅਮ ਦੀ ਫੱਟੀ ਨੂੰ, ਇਹਨਾਂ ਦਾ ਕੁਛ ਸੋਚੋ ਜਿਹੜੇ ਹਾਰਨ ਦੇ ਨੇ। ਹਾਏ, ਇਹਨਾਂ ਨੇ ਤਾਂ ਹਾਰਨਾ ਹੀ ਹਾਰਨਾ ਹੈ, ਮਿਸਟਰ ਟਰੰਪ ਨੇ ਤਾਂ ਮੋਤੀਚੂਰ ਕੇ ਲੱਡੂ ਬਣਵਾਨੇ ਕਾ ਆਰਡਰ ਵੀ ਦੇ ਦਿਆ ਹੈ। ਜੀ ਵਾਕਈ ਮਿਸਟਰ ਟਰੰਪ ਸਿਆਸਤ ਮੇਂ ਬਹੁਤ ਪੁਰਅਜ਼ਮ ਹੈ, ਇਨਕੇ ਤਾਂ ਸਾਰੇ ਬੱਚੇ ਵੀ ਸਿਆਸਤ ਮੇਂ ਆ ਗਏ। ਅੱਛਾ, ਉਹ ਬਸ ਪੁੱਤ ਬੱਚੇ ਸਾਰੇ ਘਰ 'ਚ ਵਿਹਲੇ ਬੈਠੇ ਮਲਾਨੀਆਂ ਨੂੰ ਤੰਗ ਕਰਦੇ ਰਹਿੰਦੇ ਹਨ। ਇਹ ਪਾਰਟੀ ਮੇਰੀ ਨੇ ਸੋਚਿਆ ਇਸ ਤਰ੍ਹਾਂ ਟਰੰਪ ਇਲੈਕਸ਼ਨਾਂ 'ਚ ਫੋਕਸ ਨਹੀਂ ਸਹੀ ਕਰ ਪਾਏਗਾ, ਉਹਨਾਂ ਮੇਰੇ ਸਾਰੇ ਬਾਲ ਵੀ ਸਿਆਸਤ 'ਚ ਲੈਣ ਦੇ। ਇਹ ਪੁੱਤ ਅਸਲ 'ਚ ਫਾਰਮੂਲਾ ਹੁੰਦਾ ਸ਼ੇਖਾਂ ਦਾ, ਅੱਛਾ ਸ਼ੇਖਾਂ ਦਾ ਬਾਲ ਪੜਦਾ ਨਾ ਹੋਵੇ ਉਹਨੂੰ ਫੌਰਨ ਠਾਕ ਦੇ ਕਾਰੋਬਾਰ 'ਚ ਸੱਟ ਲੈਂਦੇ। ਮੇਰੇ ਵਾਲ ਵੀ ਵਿਹਲੇ ਬੈਠੇ ਰਹਿੰਦੇ ਹਨ, ਫੌਰਨ ਸਿਆਸਤ 'ਚ ਸੱਟ ਲਏ, ਬਸ ਮੌਜਾਂ ਲੱਗੀਆਂ ਪਈਆਂ ਬੇਟਾ। ਚਾਚਾ ਜੀ ਮੈਂ ਵੀ ਤੁਹਾਨੂੰ ਕਹਿੰਦਾ ਰਿਹਾ ਆਪਣੇ ਮੁੰਡੇ ਨੂੰ ਸਿਆਸਤ 'ਚ ਲੈ ਆਓ, ਜਿਹੜਾ ਉਹਦੇ ਉੱਤੇ ਕੇਸ ਬਣਿਆ ਸੀ ਉਹ ਵੀ ਮੁੱਕ ਜਾਣਾ ਸੀ। ਕੇਸ ਤਾਂ ਖਤਮ ਹੋਣਗੇ ਮਿਸਟਰ ਟਰੰਪ ਕੇ, ਹਮਨੇ ਤਾਂ ਖੁਸ਼ੀ ਮਨਾਨੇ ਕੇ ਲੀਏ 1000 ਲੱਡੂ ਸਮੋਸੇ ਕਾ ਵੀ ਆਰਡਰ ਦੇ ਦਿਆ ਹੈ। ਸਰ ਟਰੰਪ, ਕਿਆ ਮੈਂ ਆਪਕੀ ਪਾਰਟੀ ਮੇਂ ਆ ਸਕਤਾ ਹੂੰ? ਬੇਵਫਾ, ਗੰਦੀ ਨਾਲੀ ਕੇ ਡੱਡੂ, ਡੋਰੇਮੋਨ ਕੇ ਅੱਬੂ, ਹਮ ਤੁਮੇ ਚਾਏ ਕੇ ਸਾਥ ਫਰੂਟ ਕੇਕ ਦੇਤੇ ਰਹੇ ਹੈਂ, ਦੇਸੀ ਘੀ ਕੇ ਰਸ ਖਾਤੇ ਰਹੇ ਹੋ ਹਮਾਰੀ ਟੇਬਲ ਪੇ, ਔਰ ਸਮੋਸੇ ਲੱਡੂ ਕੀ ਵਜ੍ਹਾ ਸੇ ਦੁਸ਼ਮਨ ਕੀ ਪਾਰਟੀ ਮੇਂ ਜਾ ਰਹੇ ਹੋ। ਯੇ ਪਕੜੋ, ਖੂਨ ਸਾਫ ਕਰੋ। ਸਰ ਯੇ ਤਾਂ ਝਗੜਾ ਸ਼ੁਰੂ ਹੋ ਗਿਆ। ਅਰੇ ਨਹੀਂ ਨਹੀਂ, ਯੇ ਤਾਂ ਇਨਕਾ ਪਿਆਰ ਮੁਹੱਬਤ ਹੈ,
असल झगड़े का जो खतरा है वो अभी मौजूद है। अच्छा, आपको मालूम है जो बाइडन ने ट्रंप के साथ मुबाहसे का चैलेंज एक्सेप्ट कर लिया है। अच्छा, और कुछ लोगों का ये ख्याल है, बल्कि वो इस बात का खदशा जाहिर कर रहे हैं कि जैसी ट्रंप साहब की तबीयत है, बड़े अग्रेसिव हैं, उसमें हाथापाई हो सकती है। लेडी पोत, मैं कदली इतने हाथापाई करनी है, मुबासा ही करना और ले दे जाना मैनू गल्ला गल्ला ही ची। अच्छा, ये दे हथी पै के हमें मैं कदली मुद्दा अपने ते पालवा क्योंकि यहो जे बंदे ते घर च लड़ाई हो पवे ना ते बालां नू कहण लग पैंदे आ मैनू डाक्टर को लै चलो, आ मैनू डाक्टर को लै चलो। ओ तू जेड़ा सब करना कर ली मुबासे च। बस 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 नाज़रीन, या लेते एक छोटी सी ब्रेक। मत लगाओ धमकी तुम अपने मेके जाने की, उल्टा तुम बुलाओ ये कह के अपनी अम्मी को, अब मजा चखाती हो।